ਇਹ ਖਬਰ ਮੋਗਾ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ ਕਿ ਸਟਾਫ ਦੀ ਲਾਪਰਵਾਹੀ ਕਾਰਨ ਦੋ ਔਰਤਾਂ ਦੀ ਡਿਲੀਵਰੀ ਫਰਸ਼ ਤੇ ਹੀ ਹੋ ਗਈ। ਇਹ ਇਲਜ਼ਾਮ ਮਰੀਜ਼ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਨੇ, ਜਦਕਿ ਹਸਪਤਾਲ ਦੇ ਪ੍ਰਸ਼ਾਸਨ ਨੇ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਨਕਾਰ ਦਿੱਤਾ ਹੈ। ਦਰਅਸਲ ਬੀਤੀ ਰਾਤ ਦੋ ਗਰਭਵਤੀ ਔਰਤਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਦੇ ਚੱਲਦਿਆਂ ਦੋ ਔਰਤਾਂ ਦੀ ਫਰਸ਼ ਤੇ ਹੀ ਡਿਲੀਵਰੀ ਹੋ ਗਈ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਰੀਜ਼ ਤੇ ਲੇਬਰ ਪੇਨ ਹੋਣ ਦੇ ਬਾਰੇ ਜਦੋਂ ਹਸਪਤਾਲ ਦੇ ਸਟਾਫ ਨੂੰ ਦੱਸਿਆ ਗਿਆ ਤਾਂ ਉਹਨਾਂ ਵੱਲੋਂ ਇਹ ਕਹਿ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਹਾਲੇ ਡਿਲੀਵਰੀ ਦਾ ਟਾਈਮ ਨਹੀਂ ਹੋਇਆ, ਡਿਲੀਵਰੀ ਸਵੇਰੇ ਹੀ ਹੋਵੇਗੀ। ਇੱਥੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਟਾਫ ਆਰਾਮ ਨਾਲ ਕਮਰੇ ਵਿੱਚ ਹੀਟਰ ਲਗਾ ਕੇ ਮੌਜ ਮਸਤੀ ਕਰ ਰਿਹਾ ਸੀ। ਇਸ ਦੇ ਬਾਰੇ ਜਦੋਂ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮਰੀਜ਼ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉੱਥੇ ਹੀ ਜਦੋਂ ਪੀੜਿਤ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਵੀ ਨਾਲ ਨਾ ਹੋਵੇ। ਕੀ ਬਾਤ ਹੋਆ ਜੀ, ਆਪ ਬਾਹਰ ਬੈਠੇ ਹੋ? ਸਰ, ਹਮਾਰੀ ਡਿਲੀਵਰੀ ਹੋਈ ਹੈ, ਜੋ ਹਮਾਰੇ ਸਾਥ ਹੋਇਆ ਔਰ ਕਿਸੀ ਕੇ ਸਾਥ ਨਾ ਹੋ। ਐਸਾ ਕਿਆ ਬਾਤ ਹੋ ਗਿਆ ਜੀ, ਆਪ ਐਸਾ ਕਰੋ ਜੋ ਕੋਈ ਹਮਾਰੇ ਸਾਥ ਨਾ ਹੋ। ਸਰ, ਹਾਂ, ਹਮਾਰੀ ਡਿਲੀਵਰੀ ਅੰਦਰ ਹੋਣੀ ਚਾਹੀਏ ਠੀਕ ਔਰ ਬਾਹਰ ਹੋ, ਇਸ ਲਈ ਹਮ ਬਤਾ ਦੇ ਕਿ ਕਿਸੇ ਔਰ ਬਾਈ ਦੇ ਬੈਂਕ ਕੇ ਸਾਥ ਨਾ ਹੋ। ਹੋਸਪਿਟਲ ਮੇਂ ਨਾਈਟ ਮੇਂ ਕੋਈ ਸਟਾਫ ਨਹੀਂ ਥਾ? ਸਰ, ਹੈ ਸੀ ਪਰ ਬਾਤ ਨਹੀਂ ਸੁਣੀ। ਕਿਆ ਕਰਨਾ ਉਨ ਲੋਕਾਂ ਕਾ ਕਹਿਣਾ? ਸਰ, ਇਸ ਮਾਮਲੇ ਦੇ ਬਾਰੇ ਮਰੀਜ਼ ਦੇ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ, ਆਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਜੋ ਹਸਪਤਾਲ ਮੇਂ ਇੱਕ ਸੁਬਹ ਸੇ ਇੱਕ ਰੋਲਾ ਪਿਆ ਹੁਆ, ਕੀ ਬਾਤ, ਕੌਣ ਸਾ ਬਾਤ ਕੋ ਲੇ ਰੋਲਾ ਪਿਆ? ਇੱਥੇ ਜੀ ਰਾਤ ਦੇ ਦੋ ਕੇਸ ਸੀਗੇ, ਦੋ ਲੇਡੀਜ਼ ਸੀ ਜਿਨ੍ਹਾਂ ਨੂੰ ਲੇਬਰ ਪੇਨ ਬਹੁਤ ਜ਼ਿਆਦਾ ਹੋ ਰਹੀ ਸੀ, ਪਰ ਵਾਰ ਵਾਰ ਵਾਰਡ ਦੀਆਂ ਲੇਡੀਜ਼ ਵੱਲੋਂ ਕਹਿਣ 'ਤੇ ਵੀ ਜਿਹੜਾ ਸਟਾਫ ਸੀਗਾ ਸਿਵਲ ਦਾ ਲੇਬਰ ਰੂਮ ਦਾ ਸਟਾਫ ਸੀ, ਉਹਨਾਂ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਅਤੇ ਦੋ ਕੇਸ ਜਿਹੜੇ ਸੀ ਬੱਚਿਆਂ ਦੇ ਉਹ ਬਾਹਰ ਹੀ ਜਿਹੜੇ ਫਰਸ਼ ਦੇ ਉੱਪਰ ਹੋ ਗਏ, ਜਿਨ੍ਹਾਂ ਨੂੰ ਆਮ ਲੇਡੀਜ਼ ਨੇ ਚੱਕ ਕੇ, ਮਤਲਬ ਜੇ ਉਸ ਔਰਤ ਦੇ ਪੈਂਟੀ ਨਾ ਪਾਈ ਹੁੰਦੀ ਤਾਂ ਬੱਚੇ ਦਾ ਸਿਹਰਾ ਜਿਹੜਾ ਉਹ ਥੱਲੇ ਵੱਜਣਾ ਸੀਗਾ। ਮਤਲਬ ਇਹ ਕਹਿ ਕੇ ਉਹਨਾਂ ਨੂੰ ਕਿ ਤੁਹਾਡਾ ਕੇਸ ਨੂੰ ਹਜੇ ਟਾਈਮ ਲੱਗਦਾ, ਹਜੇ ਬਹੁਤ ਦੇਰ ਹੈਗੀ ਹੈ, ਤੁਸੀਂ ਬਾਹਰ ਚਲੇ ਜਾਓ, ਬਾਹਰ ਕੱਢਤਾ, ਪਰ ਜਸਟ ਜਦੋਂ ਉਹ ਐਕਸੀਡੈਂਟ ਲਈ ਬਾਹਰ ਆਏ ਤਾਂ ਉਹ ਕੇਸ ਜਿਹੜਾ ਹੋ ਗਿਆ ਸੀਗਾ। ਇਸ ਲਈ ਬਹੁਤ ਮਤਲਬ ਮਾੜਾ ਹਾਲ ਹੈ ਜਿਹੜਾ ਸਿਵਲ ਹਸਪਤਾਲ ਦੇ ਜਿਹੜਾ ਲੇਬਰ ਰੂਮ ਦਾ ਸਟਾਫ, ਉਹਨਾਂ ਨੇ ਨਾਈਟ ਮੇਂ ਕੋਈ ਸਟਾਫ ਨਹੀਂ ਤਾਂ ਇੱਧਰ ਸਟਾਫ ਸੀ ਪਰ ਉਹ ਅੰਦਰ ਹੀਟ ਲਾ ਕੇ ਕਮਰਿਆਂ ਦੇ ਵਿੱਚ ਬੈੱਡ ਲਾ ਕੇ ਜਿਹੜੇ ਸੁੱਤੇ ਪਏ ਹੋਏ ਸੀਗੇ, ਕਹਿੰਦੇ ਸੀਗੇ ਤੁਸੀਂ ਬਾਹਰ ਜਾਓ ਕੇਸ ਸੁਬਹਾ ਹੋਏਗਾ, ਮਤਲਬ ਉਹ ਦਰਦ ਨਾਲ ਚੀਕ ਰਹੀਆਂ ਸੀਗੀਆਂ, ਸਾਰਾ ਵਾਰਡ ਜਿਹੜਾ ਲੇਡੀਜ਼ ਜਾਗ ਰਹੀਆਂ ਸੀ ਪਰ ਸਟਾਫ ਜਿਹੜਾ ਅੰਦਰ ਉਹ ਸੁੱਤਾ ਪਿਆ ਸੀ, ਕੋਈ ਕੇਅਰ ਜਿਹੜੀ ਉਹਨਾਂ ਦੀ ਹੋ ਨਹੀਂ ਸੀ ਰਹੀ, ਇਸ ਕਰਕੇ ਜਿਹੜੇ ਦੋ ਕੇਸ ਜਿਹੜੇ ਉਹਨਾਂ ਦੀ ਸਟਾਫ ਦੀ ਅਣਗਹਿਲੀ ਕਰਕੇ ਜਿਹੜੇ ਉਹ ਬਾਹਰ ਹੋ ਗਏ। ਮੇਰਾ ਨਾਮ ਮਨੀਸ਼ਾ। ਜੋ ਇੱਕ ਹਸਪਤਾਲ ਕਾ ਜੋ ਬਾਹਰ ਇੱਕ ਚਾਚਾ ਬੱਚਾ ਵਾਰਡ ਮੇਂ ਬਾਹਰ ਡਿਲੀਵਰੀ ਹੋਗਾ, ਉਸਕੇ ਬਾਰੇ ਮੈਂ ਜਾਣਨਾ ਚਾਹੁੰਦਾ। ਜਿੱਦਾਂ ਸੀਗਾ, ਅਸੀਂ ਸਾਡਾ ਆਪਦਾ ਪੇਸ਼ੈਂਟ ਸੀਗਾ, ਅਸੀਂ ਉੱਥੇ ਦੇਖ ਰਹੇ ਸੀ, ਸਾਨੂੰ ਇਹ ਸੀਗਾ ਮਤਲਬ ਜਿੰਨਾ ਉਹਦੀਆਂ ਦਰਦਾਂ ਲੱਗੀਆਂ ਉਹਨਾਂ ਨੂੰ ਸਿਸਟਮ ਮੈਡੀਕਲ ਵਾਲਿਆਂ ਨੂੰ ਪਤਾ, ਸਟਾਫ ਨੂੰ ਪਤਾ, ਉਨੇ ਟਾਈਮ 'ਤੇ ਉਹਦੀ ਡਿਲੀਵਰੀ ਹੋ ਜੂਗੀ, ਪਰ ਉਸ ਤੋਂ ਬਾਅਦ ਦੇਖਿਆ ਜਿਹੜੀ ਔਰਤ ਆ ਜਿਹਦੀ ਡਿਲੀਵਰੀ ਹੋਣੀ ਸੀ ਉਹਦੇ ਇੰਨੀਆਂ ਚੀਕਾਂ ਇੰਨੀਆਂ ਚਲਾਈ ਉਹ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਅੰਦਰ ਲੈ ਕੇ ਜਾਂਦੇ ਆ ਅਤੇ ਉਸ ਤੋਂ ਜਵਾਬ ਸਟਾਫ ਵਾਲੇ ਇਹ ਦਿੰਦੇ ਆ ਕਿ ਤੁਸੀਂ ਬਾਹਰ ਚਲੀਆਂ ਜਾਓ, ਸਵੇਰੇ ਦੇਖਾਂਗੇ, ਸਵੇਰੇ ਹੋਊਗਾ ਇਹਦਾ ਕੇਸ, ਉਹ ਕਹਿ ਕੇ ਅਤੇ ਵਾਪਸ ਆਉਂਦੀ ਆ ਇਸ ਤੋਂ ਇੱਥੋਂ ਤੱਕ ਕਿ ਉਹਦੀ ਮਤਲਬ ਬਾਥਰੂਮ ਪੋਟੀ ਵਗੈਰਾ ਉਹ ਔਰਤ ਦਾ ਉਹਦੇ ਵਿੱਚ ਹੀ ਨਿਕਲ ਜਾਂਦਾ, ਇੱਥੇ ਆਉਣ ਤੱਕ ਦੋ ਸਟੈਪ ਅੱਗੇ ਵੱਧਦੀ ਆ ਅਤੇ ਉਹਦਾ ਬੱਚਾ ਜਿਹੜਾ ਬਾਹਰ ਹੀ ਪੈਦਾ ਹੋ ਜਾਂਦਾ।
ਇਹ ਇੱਕ ਕੇਸ ਸੀ। ਇਸ ਤੋਂ ਬਾਅਦ 5 ਮਿੰਟ ਬਾਅਦ ਦੂਸਰਾ ਕੇਸ ਇਸ ਤਰ੍ਹਾਂ ਹੋ ਜਾਂਦਾ ਕਿ ਲੇਬਰ ਰੂਮ ਦੇ ਬਾਹਰ ਉਹ ਬੱਚਾ ਪੈਦਾ ਹੁੰਦਾ ਅਤੇ ਉੱਥੋਂ ਦਾ ਜਿਹੜਾ ਸਟਾਫ ਆ ਅੰਦਰ ਬਹਿ ਕੇ ਸੁੱਤਾ ਪਿਆ, ਹੀਟਰ ਲਾ ਕੇ ਆਰਾਮ ਨਾਲ ਆਪਦਾ ਮਜ਼ੇ ਮਾਣ ਰਹੀਆਂ ਉੱਥੋਂ ਦੀਆਂ ਜਿਹੜੇ ਸਟਾਫ ਵਾਲੀਆਂ ਔਰਤਾਂ ਹੈਗੀਆਂ, ਉੱਥੋਂ ਦੇਖਦੀਆਂ ਪਾਸੇ ਹੋ ਜਾਓ ਅਸੀਂ ਆਪਦਾ ਦੇਖ ਲੈਂਦੇ ਹਾਂ, ਪਰ ਬੱਚਾ ਉਹਨਾਂ ਦਾ ਲੇਬਰ ਰੂਮ ਦੇ ਬਾਹਰ ਪੈਦਾ ਹੋ ਚੁੱਕਾ ਸੀ ਉਹਨਾਂ ਦਾ ਵੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਟਾਫ ਹੈ ਬਦਲਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦਾ ਜੇ ਸਟਾਫ ਇੱਥੇ ਰਹੂਗਾ ਇਹ ਕੀ ਪਤਾ ਅੱਜ ਅਸੀਂ ਦੇਖਿਆ ਇਸ ਤੋਂ ਪਹਿਲਾਂ ਕਿੰਨੀਆਂ ਮਾਸੂਮਾਂ ਦੀਆਂ ਜਾਨਾਂ ਇਹ ਲੈ ਚੁੱਕੀਆਂ ਹੋਣਗੀਆਂ। ਇਹ ਸਾਨੂੰ ਇਸ ਤਰ੍ਹਾਂ ਦਾ ਸਟਾਫ ਨਹੀਂ ਚਾਹੀਦਾ, ਬਰਖਾਸਤ ਚਾਹੀਦੀ ਆ, ਨਹੀਂ ਅਸੀਂ ਇਸ ਤਰ੍ਹਾਂ ਹੀ ਆਪਦਾ ਸਟਰਗਲ ਜਾਰੀ ਰੱਖਾਂਗੇ ਜੇ ਇਸ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ। ਇਸ ਮਾਮਲੇ ਦੇ ਬਾਰੇ ਜਦੋਂ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਟ੍ਰੀਟਮੈਂਟ ਜਿਹੜੀ ਚੱਲ ਰਹੀ ਸੀ ਜਿਸ ਤਰ੍ਹਾਂ ਡਾਕਟਰਾਂ ਨੇ ਇੰਸਟਰਕਟ ਕੀਤਾ ਸੀ ਉਸ ਤਰ੍ਹਾਂ ਸਾਡੀ ਸਟਾਫ ਔਨ ਡਿਊਟੀ ਜਿਹੜੀਆਂ ਵੀ ਸੀਗੀਆਂ ਉਹਨਾਂ ਨੇ ਪ੍ਰੋਪਰਲੀ ਉਹਨੂੰ ਅਟੈਂਡ ਕੀਤਾ। ਸਵੇਰੇ ਉਹਨੂੰ ਕੋਈ 4 ਵਜੇ ਦੇ ਆਸਪਾਸ ਉੱਠ ਕੇ ਉਹ ਯੂਰਨ ਜਾਣ ਲੱਗੀ, ਜਿਹਨਾਂ ਨੂੰ ਪ੍ਰੈਸ਼ਰ ਪਿਆ ਇੱਕਦਮ ਔਰ ਬੈੱਡ ਦੇ ਉੱਤੋਂ, ਅਤੇ ਬੈੱਡ ਦੇ ਉੱਤੋਂ ਹੀ ਉਹਨੂੰ ਥੋੜ੍ਹਾ ਜਿਹਾ ਪ੍ਰੈਸ਼ਰ ਜਿਹੜਾ ਜ਼ਿਆਦਾ ਪੈਣ ਕਰਕੇ ਉਹਨੂੰ ਇੱਕਦਮ ਡਿਲੀਵਰੀ ਹੋਈ ਅਤੇ ਉਸੇ ਵੇਲੇ ਸਟਾਫ ਜਿਹੜੀ ਸਾਡੀ ਉਹਨੂੰ ਲੇਬਰ ਰੂਮ 'ਚ ਲੈ ਗਈ ਅਤੇ ਲੇਬਰ ਰੂਮ 'ਚੋਂ ਦੀ ਡਿਲੀਵਰੀ ਹੋ ਗਈ। ਉਹਨਾਂ ਨੇ ਬਕਾਇਦਾ ਤੌਰ 'ਤੇ ਇਹ ਗੱਲ ਜਿਹੜੀ ਆ ਸਾਨੂੰ ਜਿਹੜੇ ਪੇਸ਼ੈਂਟ ਦੀ ਗੱਲ ਕਰ ਰਹੇ ਉਹਨਾਂ ਨੇ ਲਿਖ ਕੇ ਵੀ ਦਿੱਤਾ ਵੀ ਸਾਡੇ ਜਿਹੜਾ ਜੱਚਾ ਅਤੇ ਬੱਚਾ ਦੋਨੇ ਠੀਕ ਨੇ। ਉਹਨਾਂ ਨੇ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਿ ਲੇਬਰ ਰੂਮ 'ਚੋਂ ਉਹਨੂੰ ਕੱਢ ਦਿੱਤਾ ਗਿਆ ਸੀਗਾ ਕਿ ਸੁਬਾਹ ਦੇਖਾਂਗੇ ਔਰ ਬਾਹਰ ਆ ਕੇ ਸਟਾਫ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਨਹੀਂ ਜੀ, ਇਸ ਤਰ੍ਹਾਂ ਨਹੀਂ ਹੈ, ਬਿਲਕੁਲ ਬੇਬੁਨਿਆਦ ਹੈ, ਕਿਸੇ ਨੂੰ ਲੇਬਰ ਰੂਮ 'ਚੋਂ ਇਸ ਤਰ੍ਹਾਂ ਨਹੀਂ ਕੱਢਿਆ ਜਾਂਦਾ। ਜਦੋਂ ਪੇਸ਼ੈਂਟ ਸਾਡੇ ਲੇਬਰ ਰੂਮ 'ਚ 3 ਬੈੱਡ ਲੱਗੇ ਹੋਏ ਆ ਔਰ 3 ਬੈੱਡ ਜਿਹੜੇ ਆ 24 ਘੰਟੇ ਸਾਡੇ ਚੱਲਦੇ ਰਹਿੰਦੇ ਆ, ਪੇਸ਼ੈਂਟ ਨੂੰ ਜਦੋਂ ਲੇਬਰ ਪੇਨਸ ਆਉਂਦੀਆਂ ਤਾਂ ਹੀ ਲੇਬਰ ਰੂਮ ਦੇ ਅੰਦਰ ਲਗਾਇਆ ਜਾਂਦਾ, ਨਹੀਂ ਤਾਂ ਬਾਹਰ ਜਿਹੜੇ ਲੱਗੇ ਹੋਏ ਬੈੱਡ 6 ਆ ਉਹਨਾਂ 'ਤੇ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਫੁੱਲ ਲੇਬਰ ਪੇਨਸ 'ਚ ਪੇਸ਼ੈਂਟ ਆਉਂਦਾ ਤਾਂ ਉਹਨੂੰ ਲੇਬਰ ਰੂਮ 'ਚ ਲਗਾਇਆ ਜਾਂਦਾ। ਲੇਕਿਨ ਡਾਕਟਰ ਸਾਹਿਬ, ਉੱਥੇ ਜਿਹੜੇ ਮੌਜੂਦ ਲੋਕ ਸੀ ਉਹਨਾਂ ਦਾ ਵੀ ਦੱਸਣਾ ਹੈ ਕਿ ਅਗਰ ਗਾਰਮੈਂਟ ਨਾ ਪਾਏ ਹੁੰਦੇ ਤਾਂ ਉਹਨਾਂ ਦਾ ਬੱਚੇ ਦਾ ਸਿਰ ਜਿਹੜਾ ਫਰਸ਼ 'ਤੇ ਲੱਗਿਆ ਸੀਗਾ। ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿਹੜੇ ਪੇਸ਼ੈਂਟ ਨੇ ਹੰਗਾਮਾ ਕੀਤਾ ਉਹ ਕੋਈ ਪੇਸ਼ੈਂਟ ਦਾ ਇਹ ਅਟੈਂਡੈਂਟ ਵੀ ਨਹੀਂ ਸੀ ਨਾ ਕੋਈ ਹੋਰ ਸੀ, ਉਹ ਕਿਸੇ ਹੋਰ ਪੇਸ਼ੈਂਟ ਨਾਲ ਸੀ। ਉਹਨਾਂ ਨੇ ਜਾਣ ਬੁੱਝ ਕੇ ਇਹ ਚੀਜ਼ ਦਾ ਹੰਗਾਮਾ ਕੀਤਾ, ਜਿਹੜੇ ਸਾਡੇ ਸਾਰੇ ਸਟਾਫ ਨੇ ਇਕੱਠੇ ਹੋ ਕੇ ਮੈਨੂੰ ਬਕਾਇਦਾ ਰਿਟਰਨ ਵੀ ਦਿੱਤਾ ਔਰ ਅਸੀਂ ਇਸ ਚੀਜ਼ ਬਾਰੇ ਕਿ ਜਿਹੜਾ ਹਸਪਤਾਲ ਦੇ ਅੰਦਰ ਅਨਸੈਸਰੀ ਕਿਸੇ ਹੋਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਆ ਕੇ ਜਿਹੜੇ ਕਿ ਡਰੋਲੀ ਭਾਈ ਤੋਂ ਆਏ ਸੀਗੇ ਜਿਨ੍ਹਾਂ ਦਾ ਇਸ ਪੇਸ਼ੈਂਟ ਦੇ ਨਾਲ ਕੋਈ ਲਿੰਕ ਵੀ ਨਹੀਂ ਸੀਗਾ, ਉਹਨਾਂ ਨੇ ਜਾਣ ਬੁੱਝ ਕੇ ਇਹ ਜਿਹੜਾ ਹੰਗਾਮਾ ਕੀਤਾ ਉਸ ਬਾਰੇ ਸਾਡੇ ਸਾਰੇ ਯੂਨੀਅਨ ਨੇ ਲਿਖ ਕੇ ਦਿੱਤਾ ਔਰ ਇਹਦੇ ਉੱਤੇ ਕਾਰਵਾਈ ਕਰਨ ਲਈ ਆਪਾਂ ਬਕਾਇਦਾ ਤੌਰ ਦੇ ਉੱਪਰ ਉੱਚ ਅਧਿਕਾਰੀਆਂ ਨੂੰ ਲਿਖ ਪਿਆ। ਪੇਸ਼ੈਂਟ ਦਾ ਕਹਿਣਾ ਜੀ ਮੇਰੀ ਪੋਟੀ ਵਿੱਚ ਨਿਕਲ ਗਈ, ਬਾਥਰੂਮ ਵਿੱਚ ਨਿਕਲ ਗਿਆ, ਸਟਾਫ ਨੂੰ ਦੱਸਿਆ ਗਿਆ, ਲੇਕਿਨ ਜਿੱਥੇ ਚੇਅਰ ਪਈਆਂ ਹੈਗੀਆਂ ਅਟੈਂਡਰ ਦੇ ਬੈਠਣ ਵਾਸਤੇ ਉੱਥੇ ਡਿਲੀਵਰੀ ਹੋਈ ਹੈ ਔਰ ਉੱਥੇ CCTV ਲੱਗਾ ਹੈਗਾ, ਤੁਸੀਂ ਦੇਖਿਆ CCTV? ਹਾਂਜੀ ਹਾਂਜੀ, ਕੋਈ ਡਿਲੀਵਰੀ ਜਿਹੜੀ ਆ ਉਹ ਫੁੱਲ ਨਹੀਂ ਹੋਈ, ਉਹਨੂੰ ਲੇਬਰ ਪੇਨਸ ਹੋਣ ਕਰਕੇ ਹੀ, ਜੇ ਉਹਦੀ ਪੋਟੀ ਜਾਂ ਹੋਈ ਯੂਰਨ ਪਾਸ ਹੋਇਆ ਉਹਦਾ ਲੇਬਰ ਪੇਨਸ ਹੋਣ ਕਰਕੇ ਹੋਇਆ ਔਰ ਉੱਥੇ ਉਹਨੂੰ ਇਮੀਡੀਏਟ ਸ਼ਿਫਟ ਕਰਤਾ ਗਿਆ ਨਾਲ ਹੀ ਔਰ ਜੱਚਾ ਬੱਚਾ ਬਿਲਕੁਲ ਸਵਸਥ ਨੇ ਔਰ ਉਹਨੇ ਲਿਖ ਕੇ ਦਿੱਤਾ ਵੀ ਅਸੀਂ ਹੋਸਪਿਟਲ ਦੀਆਂ ਜਿਹੜੀਆਂ ਸਰਵਿਸਿਜ਼ ਨੇ ਐਮਰਜੈਂਸੀ ਦੀਆਂ ਉਹਨਾਂ ਤੋਂ ਪੂਰੇ ਸੈਟਿਸਫਾਈਡ ਆ। ਇੱਕ ਰਾਤ ਸਫਾਈ ਕਰਮੀ ਵੱਲੋਂ ਇੱਕ ਗੁੜੀਆ ਹੋਈ ਸੀ ਕਿਸੇ ਦੇ, ਉਹਦੇ ਕੋਲੋਂ ਪੈਸੇ ਵੀ ਲਿੱਤੇ ਗਏ ਆ, 200 ਰੁਪਏ। ਇਸ ਬਾਰੇ ਮੈਂ ਅੱਗੇ ਵੀ ਬਹੁਤ ਜ਼ਿਆਦਾ ਸਖਤੀ ਰੱਖੀ ਹੋਈ ਹੈ ਔਰ ਇਸੇ ਕਰਕੇ ਮੈਂ ਜਿਹੜੇ 2-3 ਜਿਹੜੇ ਸਾਡੇ ਇਹੋ ਜਿਹੇ ਸਫਾਈ ਕਰਮਚਾਰੀ ਸੀ ਉਹਨਾਂ ਨੂੰ ਇੱਥੋਂ ਕੱਢਿਆ ਵੀ ਹੈ। ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਕੋਈ ਪੈਸੇ ਮੰਗਦਾ, ਮੇਰਾ ਬਹੁਤ ਕਲੀਅਰਲੀ ਹਰ ਥਾਂ ਦੇ ਉੱਤੇ ਆਪਣਾ ਮੋਬਾਈਲ ਨੰਬਰ ਲਿਖਿਆ ਔਰ ਮੈਨੂੰ ਰਿਟਰਨ ਕੰਪਲੇਂਟ ਜਿਹੜਾ ਉਹ ਦੇਵੇ, ਇਹਦੇ ਉੱਤੇ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ। ਇਸ ਬਾਰੇ ਸਾਡਾ ਹੋਸਪਿਟਲ ਪ੍ਰਸ਼ਾਸਨ ਜਿਹੜਾ ਬਹੁਤ ਹੀ ਸਖਤ ਹੈ। ਡਾਕਟਰ ਸਾਹਿਬ, ਖਰਚਾ ਵਗੈਰਾ ਕੋਈ ਨਹੀਂ ਲਿਆ ਜਾਂਦਾ ਪੇਸ਼ੈਂਟ ਤੋਂ, ਜਿਵੇਂ ਕਿ ਸਭ ਪਤਾ ਪੰਜਾਬ ਸਰਕਾਰ ਵੱਲੋਂ ਮੁਹੱਈਆ? ਹਾਂਜੀ ਹਾਂਜੀ, ਸਾਰੀਆਂ ਸਰਵਿਸਿਜ਼ ਮੁਫਤ ਪ੍ਰੋਵਾਈਡ ਕੀਤੀਆਂ ਜਾਂਦੀਆਂ ਔਰ ਪੇਸ਼ੈਂਟ ਨੂੰ ਵੀ ਅੱਗੇ ਆ ਕੇ ਜੱਚਾ ਬੱਚਾ ਵਾਰਡ ਨੂੰ ਕੁਝ ਦਿੱਤਾ ਜਾਂਦਾ? ਹਾਂਜੀ ਹਾਂਜੀ, ਇਹ ਦਿੱਤੇ ਜਾਂਦੇ ਜੀ ਬਕਾਇਦਾ ਤੌਰ ਦੇ ਉੱਤੇ। ਕੀ ਨਾਂ ਕੀ ਤੁਹਾਡਾ? ਗਗਨਦੀਪ ਕੌਰ। ਗਗਨਦੀਪ, ਕਿੱਥੇ ਡਿਊਟੀ ਹੁੰਦੀ ਤੁਹਾਡੀ? ਮੇਰੇ ਲੇਬਰ ਰੂਮ 'ਚ ਹੀ, ਗਾਇਨੀ ਵਾਰਡ ਦੇ ਵਿੱਚ। ਰਾਤ ਇੱਥੇ ਕੀ ਕਾਫੀ ਹੰਗਾਮਾ ਹੋਇਆ ਵਾ, ਕੋਈ ਇੱਥੇ ਡਿਲੀਵਰੀ ਬਾਹਰ ਹੋ ਗਈ ਹੈ, ਕੀ ਸੀ ਪੂਰਾ ਮਾਮਲਾ? ਪੂਰਾ ਮਾਮਲਾ ਇਹ ਸੀ, ਮੇਰੇ ਕੋਲ 3 ਪੇਸ਼ੈਂਟ ਸੀਗੇ,
ਉਹਨਾਂ ਦੇ ਵਿੱਚੋਂ ਦੋ ਮਲਟੀਗ੍ਰੈਵਡਾ ਸੀਗਾ, ਇੱਕ ਪ੍ਰਾਈਮਰੀ ਪੇਸ਼ੈਂਟ ਸੀਗਾ। ਪ੍ਰਾਈਮਰੀ ਪੇਸ਼ੈਂਟ 11 ਵਜੇ ਡਿਲੀਵਰ ਹੋ ਗਿਆ। ਜਿਹੜਾ ਮਲਟੀਗ੍ਰੈਵਡਾ ਸੀਗਾ ਉਹ ਮੇਰੇ ਕੋਲ 3 ਵਜੇ ਆ ਕੇ ਚੈੱਕ ਕਰਵਾਉਣ ਦੇ ਲਈ ਆਇਆ। ਅੰਦਰ ਪੇਸ਼ੈਂਟ ਨੂੰ ਮੈਂ ਦੇਖਿਆ, ਉਹਦੇ ਇੰਜੈਕਸ਼ਨ ਲਗਾਈ ਅਤੇ ਡ੍ਰਿਪ ਲਗਾਈ ਆ। ਉਸ ਤੋਂ ਬਾਅਦ ਪੇਸ਼ੈਂਟ ਨੂੰ ਵਾਸ਼ਰੂਮ ਦਾ ਪ੍ਰੈਸ਼ਰ ਪਿਆ, ਪੇਸ਼ੈਂਟ ਇੱਥੋਂ ਉੱਠ ਕੇ ਬੈੱਡ ਤੋਂ ਉੱਠ ਕੇ ਬਾਹਰ ਚਲਾ ਗਿਆ ਵਾਸ਼ਰੂਮ ਦੇ ਲਈ। ਉੱਥੇ ਜਾ ਕੇ ਉਹਨੂੰ ਪੇਨ ਆਈ ਅਤੇ ਉੱਥੇ ਹੀ ਪੈ ਗਿਆ। ਮੈਂ ਜਾ ਕੇ ਉਹਨੂੰ ਦੇਖਿਆ ਪੇਸ਼ੈਂਟ ਨੂੰ, ਮੈਂ ਮੇਰੇ ਸਟਾਫ ਨੂੰ ਨਾਲ ਲੈ ਕੇ ਗਈ, ਜਾ ਕੇ ਪੇਸ਼ੈਂਟ ਨੂੰ ਦੇਖਿਆ। ਪੇਸ਼ੈਂਟ ਨੂੰ ਅਤੇ ਬੇਬੀ ਨੂੰ ਉੱਥੇ ਹੀ ਹੈਂਡਓਵਰ ਕੀਤਾ ਗਿਆ, ਯਾਨੀ ਕਿ ਹੈਂਡਲ ਕੀਤਾ ਗਿਆ, ਬੇਬੀ ਦੀ ਚੰਗੀ ਤਰ੍ਹਾਂ ਕੇਅਰ ਕੀਤੀ ਗਈ। ਉਸ ਤੋਂ ਬਾਅਦ ਮੈਂ ਬੇਬੀ ਨੂੰ ਅੰਦਰ ਲੈ ਗਈ, ਪੇਸ਼ੈਂਟ ਨੂੰ ਵੀਲਚੇਅਰ 'ਤੇ ਬਿਠਾ ਕੇ ਅੰਦਰ ਬੈੱਡ 'ਤੇ ਪਾਇਆ। ਉਸ ਤੋਂ ਬਾਅਦ ਉਹਦਾ ਉਸ ਜਗ੍ਹਾ 'ਤੇ ਟ੍ਰੀਟਮੈਂਟ ਕੀਤਾ। ਕੁਛ ਇਹ ਵੀ ਸਾਹਮਣੇ ਆਇਆ ਹੈਗਾ ਵੀ ਤੁਹਾਨੂੰ ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਜਦੋਂ ਪੇਨ ਜ਼ਿਆਦਾ ਹੋ ਰਹੀ ਹੈਗੀ ਆ, ਕੋਈ ਕੇਅਰ ਨਹੀਂ ਕੀਤੀ ਗਈ? ਨਹੀਂ, ਕੇਅਰ ਤਾਂ ਕੀਤੀ ਹੈ, ਮੇਰਾ ਫਾਈਲ ਦੇ ਵਿੱਚ ਮੈਨੇਜ ਕੀਤਾ ਹੋਇਆ ਵੀ ਮੈਂ ਉਹਨੂੰ 9 ਵਜੇ ਕਿਹੜੀ ਮੈਡੀਸਨ ਦਿੱਤੀ ਹੈ, ਸਾਰਾ ਉਹਦੇ ਵਿੱਚ ਲਿਖਿਆ ਹੋਇਆ। ਮੇਰੇ ਕੋਲ ਪੇਸ਼ੈਂਟ ਰਾਤ ਨੂੰ 9:47 'ਤੇ ਆਇਆ ਸੀ, ਅਤੇ ਉਸ ਤੋਂ ਬਾਅਦ ਜੋ ਪੇਸ਼ੈਂਟ ਦੀ ਕੰਡੀਸ਼ਨ ਸੀ ਡਾਕਟਰ ਨੂੰ ਵੀ ਇਨਫੋਰਮ ਕੀਤਾ ਗਿਆ, ਪੇਸ਼ੈਂਟ ਨੂੰ ਵਾਰੀ ਵਾਰੀ ਚੈੱਕ ਵੀ ਕੀਤਾ ਗਿਆ। ਪੇਸ਼ੈਂਟ ਮੇਰੇ ਕੋਲ 6 ਤੋਂ 7 ਵਾਰੀ ਪੇਸ਼ੈਂਟ ਆਇਆ ਹੈਗਾ, ਮੈਂ ਉਹਨੂੰ ਵਾਰੀ ਵਾਰੀ ਚੈੱਕ ਵੀ ਕੀਤਾ ਹੈਗਾ, ਪੇਸ਼ੈਂਟ ਦਾ BP ਵੀ ਚੈੱਕ ਕੀਤਾ, ਫਿਟਲ ਹਾਰਟ ਵੀ ਚੈੱਕ ਕੀਤੀ ਆ। ਬਟ ਉਸ ਟਾਈਮ 'ਤੇ ਪੇਸ਼ੈਂਟ ਦਾ ਯਾਨੀ ਕਿ ਡਿਲੀਵਰੀ ਰੈਡੀ ਨਹੀਂ ਸੀਗੀ, ਮੈਂ ਪੇਸ਼ੈਂਟ 'ਤੇ ਡ੍ਰਿਪ ਲਾ ਕੇ ਉਹਨੂੰ ਬਾਹਰ ਬੈੱਡ 'ਤੇ ਵਾਰਡ ਦੇ ਵਿੱਚ। ਮੇਰੇ ਕੋਲ ਜਿਹੜਾ ਦੂਸਰਾ ਪੇਸ਼ੈਂਟ ਸੀ, ਤੀਸਰਾ ਜਿਹੜਾ ਮਲਟੀਗ੍ਰੈਵਡਾ ਪੇਸ਼ੈਂਟ ਸੀ, ਉਹ ਚੈੱਕ ਕਰਵਾਉਣ ਦੇ ਲਈ ਆਇਆ ਇਸ ਜਗ੍ਹਾ 'ਤੇ। ਪੇਸ਼ੈਂਟ ਲੇਬਰ ਰੂਮ ਦੇ ਬਾਹਰ ਪੇਨ ਆਉਣ ਕਰਕੇ ਉੱਥੇ ਹੀ ਲੇਟ ਗਿਆ, ਅਤੇ ਪੇਸ਼ੈਂਟ ਨੂੰ ਮੈਂ ਜਦੋਂ ਆ ਕੇ ਦੇਖਿਆ, ਮੈਂ ਉਹਨਾਂ ਨੂੰ ਕਿਹਾ ਮੇਰੇ ਨਾਲ ਦੇ ਸਟਾਫ ਨੂੰ ਵੀ ਇਹਨੂੰ ਅੰਦਰ ਪਾਇਆ ਜਾਵੇ ਵੀਲਚੇਅਰ 'ਤੇ ਪਾ ਕੇ, ਅਤੇ ਉਹਨਾਂ ਨੇ ਵੀਲਚੇਅਰ ਲਿਆਉਣ ਲਈ ਲੈ ਕੇ ਆਏ। ਅਤੇ ਜਿਹੜਾ ਇੱਕ ਪੇਸ਼ੈਂਟ ਮੇਰੇ ਕੋਲ ਕਰਮਜੀਤ ਕੌਰ ਆ, ਉਹਨਾਂ ਦੇ ਰਿਲੇਟਿਵ ਨੇ ਆ ਕੇ ਉਹਦੀਆਂ ਫੋਟੋਆਂ ਵਗੈਰਾ ਖਿੱਚੀਆਂ। ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹ ਫੋਟੋ ਨਹੀਂ ਖਿੱਚਣੀ ਗੀ, ਵੀ ਪੇਸ਼ੈਂਟ ਦੀ ਜੋ ਪ੍ਰਾਈਵੇਸੀ ਆ ਉਹਨੂੰ ਮੇਨਟੇਨ ਰੱਖਣਾ ਹੈਗਾ। ਉਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਸਾਰਿਆਂ ਨੇ, ਵੀ ਅਸੀਂ ਤਾਂ ਫੋਟੋ ਖਿੱਚਾਂਗੇ, ਤੁਸੀਂ ਜੋ ਕਰਨਾ ਕਰ ਲਓ। ਡਿਲੀਵਰੀ ਉਹਦੀ ਬਾਹਰ ਹੋਈ ਹੈ ਲੇਬਰ ਨਹੀਂ, ਇੱਕ ਪੇਸ਼ੈਂਟ ਦੀ ਹੋਈ। ਤੁਹਾਡੇ ਨਾਲ ਸਟਾਫ ਦੇ ਮੈਂਬਰ ਕਿੰਨੇ ਸੀ? ਅਸੀਂ 3 ਜਣੇ ਸੀਗੇ। ਨਹੀਂ, ਕੱਲੀ ਓਨਲੀ ਇੱਕ ਸਟਾਫ ਨਰਸ ਆ, ਸਟਾਫ ਤੋਂ ਹੈਲਪਰ ਆ ਤੇਰੇ? 2 ਜਣੇ ਹੈਲਪਰ ਆ, ਸਟਾਫ ਮੈਂਬਰ ਮੈਂ ਕੱਲੀ ਹੀ ਸੀਗੀ, ਇੱਕ ਸਵੀਪਰ ਸੀ, ਇੱਕ ਗਲਾਸਪੁਰ ਸੀ। ਡਾਕਟਰ ਕਿਹੜੀ ਡਿਊਟੀ ਦੇ ਆ? ਡਾਕਟਰ ਮਨੀਸ਼ਾ ਗੁਪਤਾ ਜੀ, ਉਹ ਵੀ ਇੱਥੇ ਮੌਕੇ ਤੇ ਆਉਂਦੇ ਸੀਗੇ? ਉਹਨਾਂ ਨੂੰ ਮੈਂ ਕਾਲ ਕੀਤੀ ਸੀਗੀ, ਉਹ ਆ ਰਹੇ ਸੀਗੇ। ਰੰਗਲਾ ਟੀਵੀ ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।